ਤਾਂ ਉਹਨਾਂ ਦਾ ਗੁਨਾਹ ਇਹੀ ਸੀ ਕਿ ਸਰਕਾਰਾਂ ਤੋਂ ਚਿੱਟਾ ਬੰਦ ਨਹੀਂ ਹੋਇਆ ਪਰ ਇਸ ਗੁਰੂ ਦੀ ਬਾਣੀ ਨੂੰ ਉਹਨਾਂ ਨੇ ਪ੍ਰਚਾਰ ਕੇ ਚਿੱਟੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਸੀ ਸਾਡੀ ਇਹੀ ਬੇਨਤੀ ਆ ਸਰਕਾਰ ਨੂੰ ਚਾਹੇ ਉਹ ਸੈਂਟਰ ਦੀ ਆ ਤੇ ਚਾਹੇ ਉਹ ਪੰਜਾਬ ਦੀ ਆ ਚਾਹੇ ਸਾਡੇ ਸਤਿਕਾਰਯੋਗ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜਥੇਦਾਰ ਸਰਦਾਰ ਰਘਵੀਰ ਸਿੰਘ ਜੀ ਆ ਇਹਨਾਂ ਗਾੜੀ ਇਹੀ ਬੇਨਤੀ ਆ ਕਿ ਇਹਨਾਂ ਯੋਧਿਆਂ ਨੂੰ ਜਲਦੀ ਤੋਂ ਜਲਦੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਿਆਂਦਾ ਜਾਵੇ ਸਿਕੰਦਰ ਦੀ ਇੱਕ ਮੈਂ ਕਿਤਾਬ ਪੜ੍ਹੀ ਸੀ ਪਤਾ ਨਹੀਂ ਵੀ ਸਿਕੰਦਰ ਚੰਗਾ ਸੀ ਜਾਂ ਮਾੜਾ ਸੀ ਪਰ ਉਹਦਾ ਇੱਕ ਲਫ਼ਜ਼ ਬਹੁਤ ਸੋਹਣਾ ਸੀ ਉਹ ਕਹਿੰਦਾ ਜੇ ਬੱਬਰ ਸ਼ੇਰਾਂ ਦੀ ਫੌਜ ਹੋਵੇ ਤੇ ਜਰਨੈਲ ਗਿੱਦੜਾਂ ਵਰਗਾ ਹੋਵੇ ਫੌਜ ਕਦੇ ਜੰਗ ਨਹੀਂ ਜਿੱਤਦੀ ਤੇ ਜੇ ਜਰਨੈਲ ਸ਼ੇਰਾਂ ਵਰਗਾ ਹੋਵੇ ਤੇ ਫੌਜ ਭਲਾਂ ਦੀ ਮਾੜੀ ਹੋਵੇ ਜੰਗ ਜ਼ਰੂਰ ਜਿੱਤਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਉਹ ਸੌ ਸਾਕੀ ਦੇ ਜ਼ਰੂਰ ਪੂਰੇ ਹੋਣਗੇ ਬਸ ਸਾਨੂੰ ਏਕੇ ਦੀ ਲੋੜ ਆ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਅਸੀਂ ਸਾਰੇ ਇਕੱਠੇ ਹੋਈਏ ਕਿਉਂਕਿ ਸਰਕਾਰਾਂ ਖਰੀਦ ਉਹਨੂੰ ਸਕਦੀਆਂ ਜਿਹਦਾ ਕੋਈ ਮੁੱਲ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦਾ ਕੋਈ ਮੁੱਲ ਨਹੀਂ ਗਾ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੂੰ ਨਾ ਡਰੂੰ ਅਰ ਸੌ ਜਬ ਜਾਏ ਲੜੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਮੇਰੇ ਬਹੁਤ ਹੀ ਸਤਿਕਾਰਯੋਗ ਗੁਰੂ ਦਾ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਨੇ ਬਹੁਤ ਸੋਹਣੀ ਗੱਲ ਕਹੀ ਸੀ ਕਿ ਅਸੀਂ ਕਿਸੇ ਸੰਪਰਦਾ ਦੇ ਖਿਲਾਫ ਨਹੀਂ ਬੋਲਣਾ ਮੈਂ ਦੱਸਦੇ ਹਾਂ ਕਿ ਸਿੱਖ ਆ ਜਿਹੜਾ ਉਹਦਾ ਹਿਰਦਾ ਇੰਨਾ ਨਿਰਮਲ ਆ ਕਿ ਉਹ ਕਿਸੇ ਦੇ ਖਿਲਾਫ ਤਾਂ ਕੀ ਬੋਲਣਾ ਆਪਣਾ ਪੈਰ ਵੀ ਸੋਚ ਕੇ ਪੜਦਾ ਵੀ ਕਿਸੇ ਜਾਨਵਰ ਜੀਵ ਤੇ ਨਾ ਟਿਕ ਜਾਵੇ ਜਿਹਦੇ ਨਾਲ ਉਹਦਾ ਹਿਰਦਾ ਜਿਹੜਾ ਉਹ ਬਲੂੰਦਰਿਆ ਜਾਵੇ ਸਾਡੀਆਂ ਸੰਪਰਦਾਵਾਂ ਸਾਡੇ ਦਲ ਪੰਥ ਸਾਡੇ ਵੱਡੇ ਵੱਡੇ ਮੁਖੀ ਉਹ ਸਾਡੇ ਆ ਜੇ ਅਸੀਂ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਹੋਊਗਾ ਅਸੀਂ ਬੈਠ ਕੇ ਸਮਝਾ ਲਵਾਂਗੇ ਜਾਂ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਤਾਂ ਉਹ ਸਮਝਾ ਲੈਣਗੇ ਇਹ ਨਿੱਜੀ ਮਸਲੇ ਨੇ ਪਰ ਅੱਜ ਜਿਹੜਾ ਇਹ ਮਸਲਾ ਸਾਡੇ ਪੰਥ 'ਤੇ ਬਣਿਆ ਖੜਾ ਇਹਦੇ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਜਥੇਦਾਰਾਂ ਨੂੰ ਖੜਨਾ ਚਾਹੀਦਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਉਹ ਇੱਕ ਰੂਹ ਸੀ ਇੱਕੋ ਪੰਥ ਦਾ ਹੀਰਾ ਸੀ ਜਿਹਨੇ ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੇ ਪੁੱਤਾਂ ਨੂੰ ਨਸ਼ੇ 'ਚੋਂ ਕੱਢ ਕੇ ਅੰਮ੍ਰਿਤ ਦੇ ਨਾਲ ਜੋੜਿਆ ਗੁਰੂ ਦੇ ਨਾਲ ਜੋੜਿਆ ਸਾਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਅਤੇ ਮੇਰੇ ਜ਼ਿਲ੍ਹੇ ਦੇ ਵਿੱਚੋਂ ਸੈਂਕੜੇ ਨੌਜਵਾਨਾਂ ਨੇ ਨਸ਼ਾ ਛੱਡ ਕੇ ਮਾਘੀ ਅਤੇ ਭਾਈ ਸਾਹਿਬ ਦੇ ਪਾਸੋਂ ਅੰਮ੍ਰਿਤ ਛਕਿਆ ਸੀ ਮੇਰੇ ਪਿੰਡ ਦੇ ਕਈ ਨੌਜਵਾਨ ਸਨ ਉਹਨਾਂ ਮਾਵਾਂ ਦੀਆਂ ਹਮੇਸ਼ਾ ਹੀ ਸੀਸਾਂ ਉਸ ਯੋਧੇ ਦੇ ਨਾਲ ਆ ਅਤੇ ਹਮੇਸ਼ਾ ਹੀ ਰਹਿਣਗੀਆਂ ਰਹੀ ਗੱਲ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਭਾਈ ਸਾਹਿਬ ਨੂੰ ਔਰ ਸਾਰੇ ਹੋਰ ਜਰਨੈਲਾਂ ਨੂੰ ਸਾਡੇ ਜਿੰਨੇ ਵੀ ਉਹ ਸਾਡੇ ਜਰਨੈਲ ਹੀ ਆ ਯੋਧੇ ਆ ਸਾਡੇ ਜਿਹੜੇ ਪੰਥ ਦੇ ਲਈ ਤੁਰੇ ਆ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਨੂੰ ਜਿਨ੍ਹਾਂ ਨੇ ਮੰਨ ਕੇ ਸਿੱਖੀ ਦਾ ਪ੍ਰਚਾਰ ਕੀਤਾ ਜੇ ਉਹਨਾਂ ਨੇ ਕੋਈ ਗੁਨਾਹ ਕੀਤਾ ਸੀ ਤਾਂ ਉਹਨਾਂ ਦਾ ਗੁਨਾਹ ਇਹੀ ਸੀ ਕਿ ਸਰਕਾਰਾਂ ਤੋਂ ਚਿੱਟਾ ਬੰਦ ਨਹੀਂ ਹੋਇਆ ਪਰ ਇਸ ਗੁਰੂ ਦੀ ਬਾਣੀ ਨੂੰ ਉਹਨਾਂ ਨੇ ਪ੍ਰਚਾਰ ਕੇ ਚਿੱਟੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਸੀ ਗੁਨਾਹ ਇਹੀ ਸੀ ਵੀ ਅਨੇਕਾਂ ਨੌਜਵਾਨ ਜਿਹੜੇ ਨਹਿਰਾਂ 'ਤੇ ਜਿਨ੍ਹਾਂ ਦੀਆਂ ਲਾਸ਼ਾਂ ਮਿਲਦੀਆਂ ਸੀ ਉਹ ਨੌਜਵਾਨ ਕੇਸਰੀ ਅਤੇ ਨੀਲੀਆਂ ਦਸਤਾਰਾਂ ਬੰਨ੍ਹ ਕੇ ਸਿੱਖ ਪੰਥ ਦੇ ਨਾਲ ਆ ਕੇ ਖੜ੍ਹੇ ਹੋ ਗਏ ਸੀ ਸਾਡੀ ਇਹੀ ਬੇਨਤੀ ਆ ਸਰਕਾਰ ਨੂੰ ਚਾਹੇ ਉਹ ਸੈਂਟਰ ਦੀ ਆ ਅਤੇ ਚਾਹੇ ਉਹ ਪੰਜਾਬ ਦੀ ਆ ਚਾਹੇ ਸਾਡੇ ਸਤਿਕਾਰਯੋਗ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜਥੇਦਾਰ ਸਰਦਾਰ ਰਘਵੀਰ ਸਿੰਘ ਜੀ ਆ ਇਹਨਾਂ ਗਾੜੀ ਇਹੀ ਬੇਨਤੀ ਆ ਕਿ ਇਹਨਾਂ ਯੋਧਿਆਂ ਨੂੰ ਜਲਦੀ ਤੋਂ ਜਲਦੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਿਆਂਦਾ ਜਾਵੇ
ਅਸੀਂ ਤਾਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਕਸੂਰ ਹੀ ਕੋਈ ਨਹੀਂ। ਜੇ ਕਸੂਰ ਜਿਨ੍ਹਾਂ ਦਾ ਕਸੂਰ ਹੈ ਉਹਨਾਂ ਨੂੰ ਚੱਕਿਆ ਹੁੰਦਾ ਅੱਜ ਪੰਜਾਬ ਦੀ ਨੁਹਾਰ ਕੁਛ ਹੋਰ ਹੋਣੀ ਸੀ। ਅੱਜ ਇਸ ਧਰਤੀ ਤੇ ਅਨੇਕਾਂ ਮਾਵਾਂ ਦੇ ਹਿਰਦੇ ਬਲੂੰਦਰੇ ਗਏ ਆ ਜਦੋਂ ਜਵਾਨ ਪੁੱਤ ਦੀ ਲਾਸ਼ ਵਿਹੜੇ 'ਚ ਪਈ ਹੁੰਦੀ ਆ ਤਾਂ ਉਹ ਮਾਂ ਜਾਣਦੀ ਆ ਜਾਂ ਉਹ ਬਾਪ ਜਾਣਦਾ ਵੀ ਉਹਦੇ ਹਿਰਦੇ 'ਤੇ ਕੀ ਬੀਤਦੀ ਆ। ਜਦੋਂ ਉਹਨਾਂ ਲਈ ਕੋਈ ਮਸੀਹਾ ਬਣ ਕੇ ਆਵੇ ਤਾਂ ਉਹ ਰੱਬ ਦੇ ਰੂਪ ਤੋਂ ਘੱਟ ਨਹੀਂ ਹੁੰਦਾ। ਅਸੀਂ ਅਰਦਾਸ ਵਿੱਚ ਪੜ੍ਹਦੇ ਸੀ ਜਿਨ੍ਹਾਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ, ਸੀ ਨਾ ਕੀਤੀ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾ ਨਿਭਾਈ, ਪਰ ਉਹ ਜੋ ਉਹੋ ਜਿਹੀ ਮਾਂ ਵੀ ਵੇਖ ਲਈ ਆ। ਜਦੋਂ ਮੈਂ ਮਾਤਾ ਜੀ ਨੂੰ ਆ ਕੇ ਮਿਲਿਆ ਸੀ, ਬਾਪੂ ਜੀ ਨੂੰ ਫਤਿਹ ਬੁਲਾਈ ਸੀ ਤਾਂ ਇਹਨਾਂ ਦੇ ਚਿਹਰੇ 'ਤੇ ਇਹੋ ਜਿਹਾ ਨੂਰ ਸੀ ਜਿਵੇਂ ਜਰਨੈਲਾਂ ਦੇ, ਵਾਕਈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ 'ਤੇ ਨੂਰ ਸੀ, ਜਿਵੇਂ ਕਣਗੀਆਂ ਵਾਲੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਇੱਕ ਵੱਖਰਾ ਨੂਰ ਸੀ ਜਦੋਂ ਪੁੱਤਰ ਸ਼ਹੀਦ ਹੋਏ ਸੀ। ਅਤੇ ਪਰਮਾਤਮਾ ਯੋਧੇ ਵੀ ਉਹਨਾਂ ਦੇ ਘਰ ਹੀ ਪੈਦਾ ਕਰਦਾ ਜਿਨ੍ਹਾਂ ਨੂੰ ਯੋਧਿਆਂ ਦੀ ਕਦਰ ਹੁੰਦੀ ਆ। ਸੋ ਸਾਡੀ ਇਹੀ ਬੇਨਤੀ ਆ ਸਰਕਾਰਾਂ ਅੱਗੇ ਅਤੇ ਸਾਡੇ ਜਿੰਨੇ ਵੀ ਜਥੇਦਾਰ ਆ ਉਹਨਾਂ ਦੇ ਅੱਗੇ ਕਿ ਆਪਾਂ ਇਹਨਾਂ ਸਿੰਘਾਂ ਨੂੰ ਜਲਦੀ ਰਿਹਾ ਕਰਵਾਈਏ ਅਤੇ ਜੋ ਵੀ ਸਰਕਾਰ ਦੇ ਅੱਗੇ ਮੰਗਾਂ ਨੇ ਸਾਡੀਆਂ, ਜਿਹੜੇ ਬੰਦੀ ਸਿੰਘ ਰਿਹਾ ਕਰਾਉਣ ਦੀ ਮੰਗ ਆ ਜਾਂ ਜਿਹੜੇ ਭੁੱਖ ਹੜਤਾਲ 'ਤੇ ਸਿੰਘ ਬੈਠੇ ਆ ਉਹਨਾਂ ਦੀ ਜਲਦੀ ਤੋਂ ਜਲਦੀ ਉਹਨਾਂ ਦੀ ਬੇਨਤੀ ਸੁਣੀ ਜਾਵੇ ਤਾਂ ਇਹ ਸਾਡੇ ਜਿਹੜੇ ਜਰਨੈਲ ਆ ਉਹੀ ਸਰਕਾਰ ਅੱਗੇ ਰੱਖ ਸਕਦੇ ਆ। ਅਸੀਂ ਤਾਂ ਇੱਕ ਹਾਜ਼ਰੀ ਆ, ਅਸੀਂ ਤਾਂ ਫੌਜਾਂ, ਤੁਸੀਂ ਸਾਡੇ ਜਰਨੈਲ ਹੋ। ਇੱਕ ਕਿਸੇ ਸ਼ਾਇਰ ਨੇ ਬਹੁਤ ਵਧੀਆ ਗੱਲ ਕਹੀ ਸੀ, ਸਿਕੰਦਰ ਦੀ ਇੱਕ ਮੈਂ ਕਿਤਾਬ ਪੜ੍ਹੀ ਸੀ, ਪਤਾ ਨਹੀਂ ਵੀ ਸਿਕੰਦਰ ਚੰਗਾ ਸੀ ਜਾਂ ਮਾੜਾ ਸੀ, ਪਰ ਉਹਦਾ ਇੱਕ ਲਫ਼ਜ਼ ਬਹੁਤ ਸੋਹਣਾ ਸੀ। ਉਹ ਕਹਿੰਦਾ ਜੇ ਬੱਬਰ ਸ਼ੇਰਾਂ ਦੀ ਫੌਜ ਹੋਵੇ ਤੇ ਜਰਨੈਲ ਗਿੱਦੜਾਂ ਵਰਗਾ ਹੋਵੇ, ਫੌਜ ਕਦੇ ਜੰਗ ਨਹੀਂ ਜਿੱਤਦੀ। ਤੇ ਜੇ ਜਰਨੈਲ ਸ਼ੇਰਾਂ ਵਰਗਾ ਹੋਵੇ ਤੇ ਫੌਜ ਭਲਾਂ ਦੀ ਮਾੜੀ ਹੋਵੇ, ਜੰਗ ਜ਼ਰੂਰ ਜਿੱਤਦੀ ਆ। ਸਾਡੇ ਜਿਹੜੇ ਜਰਨੈਲ ਆ ਉਹ ਸਾਰੇ ਸ਼ੇਰਾਂ ਵਰਗੇ ਆ, ਸ਼ੇਰਾਂ ਵਰਗਾ ਰੁਤਬਾ ਜਿਹੜਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ। ਅਸੀਂ ਤਾਂ ਗਿੱਦੜਾਂ ਵਰਗੇ ਹਾਂ, ਅਸੀਂ ਤਾਂ ਬੋਲ ਹੀ ਸਕਦੇ ਹਾਂ, ਉਹਨਾਂ ਗਾੜੀ ਬੇਨਤੀ ਕਰ ਸਕਦੇ ਹਾਂ ਵੀ ਤੁਸੀਂ ਜਰਨੈਲ ਆ, ਤੁਸੀਂ ਅੱਗੇ ਉਹਨਾਂ ਦੇ ਨਾਲ ਮੀਟਿੰਗਾਂ ਕਰੋ ਤਾਂ ਕਿ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਰਿਹਾਅ ਹੋ ਸਕਣ, ਸਾਡੇ ਜਿਹੜੇ ਭੁੱਖ ਹੜਤਾਲ 'ਤੇ ਸਾਡੀ ਮਾਤਾ ਜੀ ਬੈਠੀ ਆ ਉਹਨਾਂ ਦੀ ਬੇਨਤੀ ਪ੍ਰਵਾਨ ਹੋਵੇ, ਸਾਡੇ ਜਿਹੜੇ ਸਿੰਘ ਆ ਉਹਨਾਂ ਨੂੰ ਹਜੇ ਵੀ ਕਿੰਨੇ ਨੌਜਵਾਨ ਜਿਹੜੇ ਨਸ਼ਾ ਕਰਦੇ ਆ ਹਜੇ ਵੀ ਡੀਕਦੇ ਆ, ਹਜੇ ਵੀ ਉਹਨਾਂ ਦੀਆਂ ਤਸਵੀਰਾਂ ਨੂੰ ਗੱਲ ਨਾਲ ਲਾਈ ਬੈਠੇ ਆ ਕਿ ਸਾਡੇ ਯੋਧੇ ਬਾਹਰ ਆਉਣਗੇ ਤਾਂ ਅਸੀਂ ਇਸ ਦਲਦਲ ਦੇ ਵਿੱਚੋਂ ਨਿਕਲਾਂਗੇ। ਕਿਉਂਕਿ ਕਦੇ ਵੀ ਕੋਈ ਵੀ ਨੌਜਵਾਨ ਕਿਸੇ ਦਲਦਲ ਦੇ ਵਿੱਚ ਫੜਿਆ ਖਿੱਚਿਆ ਹੋਵੇ, ਫਸਿਆ ਹੋਵੇ ਤਾਂ ਉਹਨੂੰ ਕੱਢਣ ਵਾਸਤੇ ਇੱਕ ਹੱਥ ਦੀ ਲੋੜ ਪੈਂਦੀ ਆ, ਉਹ ਹੱਥ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਗੇ ਵਧਾਇਆ ਸੀ। ਅਤੇ ਸਿਰ ਝੁਕਦਾ ਇਸ ਮਾਤਾ ਅੱਗੇ ਜਿਹਨੇ ਇਹੋ ਜਿਹੇ ਯੋਧੇ ਨੂੰ ਜਨਮ ਦਿੱਤਾ, ਇਸ ਬਾਪ ਅੱਗੇ, ਜੇ ਘਰ ਘਰ ਐਸੇ ਯੋਧੇ ਹੋਣ ਤਾਂ ਸਾਨੂੰ ਕਿਸੇ ਅੱਗੇ ਹੱਥ ਕਰਨ ਦੀ ਲੋੜ ਨਹੀਂ ਅਤੇ ਸਾਡਾ ਆਟੋਮੈਟਿਕ ਹੀ ਰਾਜ ਆ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਉਹ 100 ਸਾਕੀ ਦੇ ਜ਼ਰੂਰ ਪੂਰੇ ਹੋਣਗੇ, ਬਸ ਸਾਨੂੰ ਏਕੇ ਦੀ ਲੋੜ ਆ ਕਿ ਸ੍ਰੀ ਨਿਸ਼ਾਨ ਸਾਹਿਬ ਦੇ ਸੱਲੇ ਅਸੀਂ ਸਾਰੇ ਇਕੱਠੇ ਹੋਈਏ। ਕਿਉਂਕਿ ਸਰਕਾਰਾਂ ਖਰੀਦ ਉਹਨੂੰ ਸਕਦੀਆਂ ਜਿਹਦਾ ਕੋਈ ਮੁੱਲ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦਾ ਕੋਈ ਮੁੱਲ ਨਹੀਂ ਗਾ, ਮੁੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾ ਸਕਦਾ ਇਹ ਕਦੇ ਨਹੀਂ ਪਾ ਸਕਦੇ। ਇਸ ਕਰਕੇ ਉਹ ਯੋਧੇ ਕਦੇ ਨਾ ਖਰੀਦੇ ਗਏ ਆ, ਨਾ ਖਰੀਦ ਸਕਦਾ ਉਹਨਾਂ ਨੂੰ ਕੋਈ, ਉਹਨਾਂ ਨੂੰ ਜੇ ਖਰੀਦ ਸਕਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਖਰੀਦ ਸਕੀ ਆ। ਸੋ ਮੈਂ ਬੇਨਤੀ ਕਰਦਾ ਜਿੱਥੋਂ ਤੱਕ ਮੇਰੀ ਆਵਾਜ਼ ਮੇਰੀਆਂ ਭੈਣਾਂ ਸੁਣਦੀਆਂ ਨੇ ਤਾਂ ਉਹ ਆਪਣੇ ਆਪ ਨੂੰ ਸਿੱਖੀ ਨਾਲ ਜੋੜਨ, ਮੇਰੇ ਭਰਾ ਸਿੱਖੀ ਨਾਲ ਜੋੜਨ, ਤਾਂ ਹੀ ਤੁਸੀਂ ਆਪਣੇ ਘਰਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਯੋਧਾ ਪੈਦਾ ਕਰ ਸਕਦੇ ਹਾਂ। ਕਿਉਂਕਿ ਐਸੇ ਯੋਧੇ ਨੂੰ ਜਨਮ ਦੇਣ ਵਾਸਤੇ ਬਹੁਤ ਵੱਡੀ ਇੱਕ ਤਾਕਤ ਹੋਣੀ ਚਾਹੀਦੀ ਉਸ ਭੈਣ ਦੇ ਅੰਦਰ, ਬਾਣੀ ਦੀ
उस भरा दे अंदर जिहड़ा सिक्खी नाल जुड़िया जिहड़ा गुरु गोबिंद सिंह महाराज दे फलसफे नूं मनदा जिहड़ा अपने पंथ नूं मनदा जिहड़ा अपने पंथ नूं नाल लैके चलदा उहनां दे घरे योधे पैदा हुंदे ने। आओ असीं गुरु गोबिंद सिंह महाराज दे इस बाणे दे नाल जुड़िए बाणी नाल जुड़िए इत्थे इकट्ठ वधाईए तां कि सरकार छेती साडियां मंगां मन ले। बाकी सारयां दा धन्नवाद आ। बापू जी दे चरणां च सीस झुकदा ये बहुत वड्डे योधे दे पिता ने कल्ले उस योधे दे पिता ने ये साडे लई भी ओडे मायने रखदे ने। सो सारियां संगतां दा बहुत बहुत धन्नवाद। वाहिगुरु जी का खालसा वाहिगुरु जी की फतेह।